ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਬੋਲਦਾ। 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਉੱਤੇ ਅੰਗਰੇਜ਼ੀ ਹਕੂਮਤ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਅੰਗਰੇਜ਼ੀ ਹਕੂਮਤ ਨੇ ਫਾਇਰਿੰਗ ਕੀਤੀ ਸੀ ਕਿਉਂਕਿ ਇਹ ਲੋਕ ਨੇ ਰੋਲਟ ਐਕਟ ਅਤੇ ਭਾਰਤੀ ਨੇਤਾਵਾਂ ਦੀ ਗ੍ਰਿਫਤਾਰੀ ਦੇ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸ ਰੋਸ ਪ੍ਰਦਰਸ਼ਨ ਦੇ ਵਿੱਚ ਅੰਗਰੇਜ਼ੀ ਹਕੂਮਤ ਨੇ ਪਾੜਾ ਪਾਉਂਦੇ ਹੋਏ ਫਾਇਰਿੰਗ ਕਰ ਦਿੱਤੀ। ਅੱਜ ਉਸ ਫਾਇਰਿੰਗ ਨੂੰ ਉਹਨਾਂ ਲੋਕਾਂ ਨੂੰ ਸ਼ਹੀਦ ਹੋਇਆ 100 ਸਾਲ ਹੋ ਚੁੱਕੇ ਨੇ। ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ 100 ਸਾਲ ਹੋ ਚੁੱਕੇ ਨੇ ਅਤੇ ਇਸ 100 ਸਾਲ ਦੀ ਸ਼ਤਾਬਦੀ ਨੂੰ ਲੈ ਕੇ ਪੰਜਾਬ ਦੇ ਲੋਕ ਕੀ ਸੋਚਦੇ ਨੇ, ਲੋਕਾਂ ਦੀ ਕੀ ਰਾਏ ਹੈ, ਇਹ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨੌਜਵਾਨ ਮੌਜੂਦ ਨੇ। ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਪ੍ਰਤੀ ਕੀ ਸੋਚਦੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਿੰਦਰ ਹੈ ਜੀ। ਹਰਿੰਦਰ, ਹੁਣ 13 ਅਪ੍ਰੈਲ 1919 ਦੀ ਗੱਲ ਹੈ ਅਤੇ ਹੁਣ 13 ਅਪ੍ਰੈਲ 2019 ਆ ਚੁੱਕਿਆ, 100 ਸਾਲ ਬੀਤ ਚੁੱਕੇ ਨੇ ਉਸ ਵਿਲੱਖਣ ਇਤਿਹਾਸ ਨੂੰ, ਉਸ ਇਤਿਹਾਸ ਦੇ ਸੰਬੰਧ ਵਿੱਚ ਕੀ ਲੱਗ ਰਿਹਾ? ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਨਾ, ਆਪਾਂ ਨੂੰ 1919 ਦਾ ਜਿਹੜਾ ਸਾਕਾ ਹੋਇਆ ਸੀਗਾ, ਹੈ ਨਾ, ਵੀ ਉਦੋਂ ਹਾਲਾਤ ਕੀ ਸੀਗੇ। 6 ਅਪ੍ਰੈਲ ਨੂੰ ਡਾਕਟਰ ਕਿਚਲੂ ਅਤੇ ਆਪਣਾ ਡਾਕਟਰ ਸੱਤਿਆਜੀਤ ਅਤੇ ਆਪਣਾ ਸੈਬੂਦੀਨ ਕਿਚਲੂ 'ਤੇ ਰੋਕ ਲਗਾਈ ਜਾਂਦੀ ਹੈ, ਉਹਨਾਂ ਨੂੰ ਗ੍ਰਿਫਤਾਰ ਕਰਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਰੋਲਟ ਐਕਟ ਦੇ ਖਿਲਾਫ ਇੱਕ ਵੱਡਾ ਪੂਰੇ ਪੰਜਾਬ 'ਚ ਇੱਕ ਅੰਦੋਲਨ ਉੱਠਿਆ ਸੀਗਾ, ਉਸ ਨੂੰ ਕੁਚਲਣ ਲਈ ਜਦੋਂ ਲੋਕ ਆਪਣੇ ਵਿਸਾਖੀ ਮਨਾਉਣ ਲਈ ਜਲਿਆਂਵਾਲੇ ਬਾਗ 'ਤੇ ਗਏ, ਇੱਕ ਇਕੱਠ ਹੋਇਆ, ਉੱਥੇ ਉਹਨਾਂ ਨੇ ਦਿਖਾਇਆ ਕਿ ਕਿੰਨੀ ਕਾਇਰਤਾ ਨਾਲ ਉਹਨਾਂ ਨੂੰ ਮਾਰਿਆ ਗਿਆ, ਕਿਵੇਂ ਗੋਲੀਆਂ ਚਲਾ ਕੇ ਸਾਰਿਆਂ ਨੂੰ ਸ਼ਹੀਦ ਕੀਤਾ ਗਿਆ। ਇਹ ਇੱਕ ਆਪਣਾ ਇੱਕ ਵਿਲੱਖਣਤਾ ਇਹਦੇ 'ਚ ਹੈ ਕਿ ਆਪਾਂ ਨੂੰ ਇਹਦੇ 'ਤੇ ਮਾਣ ਵੀ ਹੋਣਾ ਚਾਹੀਦਾ ਹੈ ਕਿ ਅਤੇ ਯਾਦ ਕਰਨ ਵਾਲੀ ਗੱਲ ਇਹ ਹੈ ਕਿ ਆਪਾਂ ਜੇ ਅੱਜ ਗੱਲ ਕਰੀਏ 2019 'ਚ ਜਿੰਨੇ ਵੀ ਵਿੱਦਿਅਕ ਅਦਾਰੇ ਨੇ, ਜਿੰਨੇ ਵੀ ਹੋਰ ਸੰਸਥਾਵਾਂ ਨੇ, ਉਹਨਾਂ 'ਚ ਬੜਾ ਘੱਟ ਇਸ 'ਤੇ ਚਾਨਣਾ ਪਾਇਆ ਗਿਆ ਹੈ। ਹੁਣ ਫਿਲਹਾਲ ਮੈਂ 1-2 ਮੀਡੀਆ, ਪ੍ਰਿੰਟ ਮੀਡੀਆ ਨੂੰ ਛੱਡ ਕੇ ਬਾਕੀ ਕਿਤੇ ਵੀ ਇਸ 100 ਸਾਲ ਪੂਰੇ ਹੋਏ ਦੀ ਗੱਲ ਕਿਤੇ ਵੀ ਦੇਖਣ ਨੂੰ ਨਹੀਂ ਮਿਲੀ। ਅਤੇ ਬਹੁਤ ਅਸੀਂ ਬੜੀ ਦੁੱਖ ਦੀ ਵੀ ਗੱਲ ਹੈ ਕਿ ਚਾਹੇ ਸੈਂਟਰ ਗੌਰਮੈਂਟ ਹੋਵੇ, ਜਿਨ੍ਹਾਂ ਨੇ ਵੱਡੇ ਵਾਅਦੇ ਕੀਤੇ ਸੀਗੇ ਇਸ ਸਾਕੇ ਪ੍ਰਤੀ ਪਰ ਨਹੀਂ ਨਿਭਾਏ। ਪਰ ਮੈਂ ਚਾਹੁੰਦਾ ਹੈਗਾ ਕਿ ਇਹੋ ਜਿਹੀਆਂ ਗੱਲਾਂ ਯਾਦ ਕਰਕੇ ਆਪਾਂ ਨੂੰ ਆਪਣਾ ਇਤਿਹਾਸ ਨੂੰ ਇਹ ਇੱਕ ਦੱਸਿਆ ਗਿਆ ਕਿ ਜਿਹੜੀਆਂ ਕੌਮਾਂ ਇਤਿਹਾਸ ਨਹੀਂ ਚੇਤੇ ਰੱਖਦੀਆਂ ਹੌਲੇ ਹੌਲੇ ਖਤਮ ਹੋ ਜਾਂਦੀਆਂ ਨੇ। ਅਤੇ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਅੱਜ ਆਪਣੇ ਕੋਲ ਉਹਨਾਂ ਲੋਕਾਂ ਨੂੰ ਯਾਦ ਕਰਨ ਦਾ, ਆਪਾਂ ਨੂੰ ਉਹਨਾਂ ਨੂੰ ਦਿਲਾਂ 'ਚ ਵਸਾਉਣ ਦਾ ਆਪਣੇ ਕੋਲ ਵੇਲਾ ਹੈ ਅਤੇ ਆਪਾਂ ਨੂੰ ਯਾਦ ਕਰਨਾ ਵੀ ਚਾਹੀਦਾ ਹੈਗਾ। ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬਰਤਾਨੀਆ ਸਰਕਾਰ ਦਾ ਜਿਹੜਾ ਕੱਲ੍ਹ ਬਿਆਨ ਆਇਆ, ਉਹਨਾਂ ਨੇ ਬਿਨਾਂ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨੇ ਮੰਗ ਰੱਖੀ ਸੀ ਉਹਨਾਂ ਤੋਂ ਮਾਫ਼ੀ ਤੋਂ, ਪਰ ਉਹਨਾਂ ਨੇ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਇਹ ਸਾਕਾ ਉਦੋਂ ਹੋਇਆ। ਬਟ ਅਗਰ ਆਪਾਂ ਉਹਨਾਂ ਨੂੰ ਥੋੜ੍ਹਾ ਜਿਹਾ ਆਪਣੀ ਸਰਕਾਰਾਂ ਉਹਨਾਂ 'ਤੇ ਦਬਾਅ ਪਾਉਂਦੀਆਂ ਤਾਂ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹੈਗਾ ਕਿ ਇਸ ਖੂਨੀ ਸਾਕੇ 'ਤੇ ਉਹ ਜ਼ਰੂਰ ਮਾਫ਼ੀ ਮੰਗਦੇ ਅਤੇ ਅੱਗੇ ਮੰਗਣਗੇ ਵੀ ਜ਼ਰੂਰ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਮਨੁੱਖਤਾ ਦਾ ਕਿੱਡਾ ਵੱਡਾ ਘਾਣ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਕੀਤਾ। ਅੱਛਾ, ਇੱਕ ਸਵਾਲ, ਤੁਸੀਂ ਜਲਿਆਂਵਾਲੇ ਬਾਗ ਦੇ ਵਿੱਚ ਜਾ ਕੇ ਆਏ ਹੋ? ਹਾਂਜੀ, ਜ਼ਰੂਰ। ਉੱਥੇ ਕੀ ਹਾਲਾਤ ਨੇ, ਕਿਉਂਕਿ ਬਹੁਤ ਸਾਰੇ ਲੋਕ ਉੱਥੇ ਸ਼ਹੀਦ ਹੋ ਗਏ ਸਨ, ਉਸ ਸ਼ਹੀਦੀ ਦੀ ਸਮਾਰਕ ਨੂੰ ਕਿਸ ਤਰ੍ਹਾਂ ਸਰਕਾਰਾਂ ਦੇ ਵੱਲੋਂ ਸੰਭਾਲਿਆ ਗਿਆ ਹੈ, ਕਿਸ ਤਰ੍ਹਾਂ ਦੇ ਪ੍ਰਬੰਧ ਉੱਥੇ ਹੈਗੇ ਨੇ? ਮੈਨੂੰ ਜੀ, ਮੈਂ ਸਹੀ ਗੱਲ ਦੱਸਾਂ, 2-3 ਸਾਲ ਪਹਿਲਾਂ ਮੈਂ ਜਲਿਆਂਵਾਲੇ ਬਾਗ ਗਿਆ ਸੀਗਾ, ਗੋਲਡਨ ਟੈਂਪਲ ਗਏ ਸੀ ਦੇ ਨਾਲ ਹੀ। ਅਸੀਂ ਉਦੋਂ ਉਹਨਾਂ ਨੇ ਦੇਖਿਆ ਸੀਗਾ ਕਿ ਜਿਹੜੇ ਉੱਥੇ ਗੋਲੀਆਂ ਦੇ ਨਿਸ਼ਾਨ ਸੀਗੇ, ਹੈ ਨਾ, ਅਤੇ ਉਹ ਹੈਗੇ ਸੀਗੇ। ਅਤੇ ਹੁਣ ਪਿੱਛੇ ਜੇ ਜਿੰਨਾ ਕੁ ਸੁਣਨ ਅਤੇ ਪੜ੍ਹਨ ਨੂੰ ਪਤਾ ਲੱਗਾ ਕਿ ਉੱਥੇ ਆਪਣਾ ਊਧਮ ਸਿੰਘ ਦਾ ਬੁੱਤ ਵੀ ਲਗਾਇਆ ਜਾ ਰਿਹਾ, ਕਿਉਂਕਿ ਉਹ ਵੀ ਇੱਕ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਜਿਹੜੇ ਉਸ ਸਾਕੇ ਤੋਂ ਪ੍ਰਭਾਵਿਤ ਹੋ ਕੇ, ਜਿਨ੍ਹਾਂ ਨੇ ਗੱਲ ਉਦੋਂ ਤੋਰੀ ਸੀਗੀ। ਅਤੇ ਉੱਥੇ ਅਗਰ ਦੇਖਿਆ ਜਾਵੇ, ਮਤਲਬ ਹੋਰ ਵੀ ਬਹੁਤ ਕੁਛ ਹਲੇ ਹੋਣਾ ਬਾਕੀ, ਜਿਹੜਾ ਸਾਨੂੰ ਲੱਗਦਾ ਕਿ ਜਾ ਕੇ ਤੁਹਾਨੂੰ ਜਿਵੇਂ ਕਿਤੇ ਵੱਡੇ ਆਡੀਟੋਰੀਅਮਾਂ 'ਚ ਹੁੰਦਾ ਹੈ ਕਿ ਤੁਹਾਨੂੰ ਇੱਕ ਮੂਵੀ ਦੀ ਤਰ੍ਹਾਂ ਇੱਕ ਤਰ੍ਹਾਂ ਦਿਖਾਇਆ ਜਾਂਦਾ ਕਿ ਕਿਵੇਂ ਇਹ ਸਾਕਾ ਵਾਪਰਿਆ, ਉਹ ਚੀਜ਼ਾਂ ਹਲੇ ਹੋ ਸਕਦੀਆਂ ਨੇ। ਇਸ ਕਰਕੇ ਪੁੱਛ ਰਿਹਾ ਕਿਉਂਕਿ ਲੰਬੇ ਸਮੇਂ ਤੋਂ ਜਿੰਨੀਆਂ ਵੀ ਕੇਂਦਰ ਦੇ ਵਿੱਚ ਸਰਕਾਰਾਂ ਰਹੀਆਂ, ਹਾਲਾਂਕਿ ਪਿਛਲੀ BJP ਸਰਕਾਰ ਦੇ ਵੱਲੋਂ ਤਾਂ 100 ਸਾਲਾਂ ਪੂਰਾ ਹੋਣ 'ਤੇ 100 ਕਰੋੜ ਦੇਣ ਦੀ ਗੱਲ ਵੀ ਕੀਤੀ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਵਾਅਦਾ ਕੀਤਾ ਸੀ ਕਿ
कोई ना कोई राशि जिहड़ी है जलियांवाले बाग दे लई दित्ती जाएगी, पर हले तक उस तरह के पुख्ता प्रबंध नहीं दिते गए, 100 करोड़ नहीं दिता गया, हालात उसे तरह ही बने हुए ने। की सरकार तो मंग करदे हो कि उसके हालात जिहड़े सुधारे जाण, क्योंकि इतिहास विलक्षण है, पन्नियां दे उत्ते इतिहास छपिया होया है, लोगों के दिलों के उत्ते इतिहास छपिया होया, इस इतिहास को संभालने के लिए सरकारां की कर रही हैं? अगर सरकारां ने देखो ये बाबत गल की है 100 करोड़ देने की, तो देना चाहिए हैगा, एडे वड्डे अपने बजट होंगे ने। अगर आप अपने इतिहास में सामभण लिए अगर आप योजे कार्ज से कितने पैसा या बजट आप लगा भी दें, कोई माड़ी गल नहीं। असी पंजाब सरकार को भी यह मंग करते हैं, तो सेंटर गौरमेंट को भी मंग करते हैं कि तुसीं इतिहासक जिन्नियां भी थावां ने जिहड़े अपने शहीद होए ने उन्हां लई कुछ ना कुछ जरूर करो, चाहे बजट चो करो, इहो जिहियां चीज़ां तो किसी भी ना कि आम नागरिक नूं ना किसी पोलीटिकल पार्टी नूं कदे कोई रोसा नहीं होया कि इत्थे क्यों पैसा लगाया जा रहा या किवें। इहदा उन्हां नूं संभालण की बहुत जरूरत है, तो असीं इह मंग भी करदे हां, सेंटर गौरमेंट नूं भी मंग करदे हां कि तुसीं होर भी इनिशिएटिव ले के अगे आ के सूबा सरकारां दी मदद करो तां जो इहो जिहे समारकां नूं संभाल के रखे जा सके। बहुत बहुत धन्यवाद। लगातार सरकारां दावे करदियां ने एक इतिहासक पन्ने नूं संभालण दे लई, पर इस इतिहास नूं संभालण दे विच की लग रहा कि सरकारां कामयाब होईयां ने? ਜਲਿਆਂਵਾਲੇ ਬਾਗ ਨੂੰ ਸੰਭਾਲਣ ਦੀ ਸਰਕਾਰਾਂ ਤਾਂ ਮੈਂ ਕਿਹਾ ਨਾਕਾਮਯਾਬ ਹੋਈਆਂ ਜੀ, ਬਿਲਕੁਲ। ਹੁਣ 100 ਸਾਲਾ ਸ਼ਤਾਬਦੀ ਆ ਰਹੀ ਹੈ ਜੀ, ਠੀਕ ਹੈ ਜੀ, ਅਤੇ ਸਰਕਾਰ ਵੱਲੋਂ ਐਲਾਨ ਕੀਤਾ ਜਾ ਰਿਹਾ ਅਸੀਂ ਫੰਡ ਦੇਵਾਂਗੇ, ਭੱਤੇ ਦੇਵਾਂਗੇ, ਜਲਿਆਂਵਾਲੇ ਬਾਗ ਨੂੰ ਸੁੰਦਰੀਕਰਨ ਦੇਵਾਂਗੇ, ਪਰ ਉਸ ਤਰ੍ਹਾਂ ਕੁਛ ਨਹੀਂ ਹੋਇਆ ਜੀ। ਸਿਰਫ ਇੱਕ ਸਟੂਡੈਂਟ ਵਿਦਿਆਰਥੀ ਵਰਗ ਹੀ ਹੈ ਜਿਹੜਾ ਜਾ ਕੇ ਆਪਣੀ ਸ਼ਤਾਬਦੀ ਮਨਾ, ਅਤੇ ਸੋ ਮੈਂ ਸਮਝਦਾ ਕਿ ਸਰਕਾਰ ਵੱਲੋਂ ਸ਼ਾਇਦ 100 ਵਿੱਚੋਂ ਸਰ 10% ਜ਼ਰੂਰ ਕੀਤਾ ਹੋਵੇਗਾ, ਤਾਂ ਉਹ ਵੀ ਨਾ ਮਾਤਰੀ। अच्छा, बरतानवी सरकार के वलों भी माफ़ी मंगण की गल की गई सी, उस तो भी बरतानवी सरकार ने सिर्फ तो सिर्फ जिहड़े पैर ने वो पिछे खिंच ले ने, अधिकारित तौर पर कोई भी माफ़ी की गल नहीं की गई। तो लग रहे तो नहीं लग रहा कि ना कि जी अपनी केंद्र की सरकार है उसनों दबाव पाना चाहिए? बिल्कुल, केंद्र सरकार वालों लगातार दबाव जरूर पाना चाहिए जी। जो बरतानवी सरकार जो कह रही है असं माफ़ी मंगते हैं, तो सरकार वालों कोई ढिलमिठ नहीं करनी चाहिए। भारत सरकार वालों मैं कहना चाहना कि इन्हों वालों जरूर ढिलमिठ हुई है कि लगातार जोरों जोर पाया जाए तो जो बरतानवी सरकार माफ़ी मंगे। सो जलियां बाग में एक नवा इतिहास जोड़ा है वो सुनहरी पन्ने लिखा जाए। बहुत बहुत धन्यवाद। नौजवानों की लगातार मंग है, राय है कि जलियांवाले बाग के सुंदरीकरण के लिए, उस दे इतिहास नूं संभालण दे लई, तां जो अगलियां आउण वालियां पीढ़ियां भी इस विलक्षण इतिहास तो जाणू हो सकन, सरकारां नूं एक कदम चुकने चाहिए ने। लगातार दावे हुंदे ने पर एक कदम चुके नहीं जाते। इत्थे रुकदे हां एक छोटे जे ब्रेक के लिए, मिलदे हां ब्रेक तो बाद। ब्रेक तो बाद दर्शकों का बहुत बहुत स्वागत है। 13 अप्रैल 1919 नूं जलियांवाले बाग के खूनी साके दौरान की कुछ वापरिया सी, उस इतिहास तो की ਸਾਡੇ ਨੌਜਵਾਨ ਵਾਕਿਫ ਨੇ, ਉਸ ਵਿਲੱਖਣ ਇਤਿਹਾਸ ਨੂੰ ਸਾਂਭਣ ਦੇ ਲਈ ਕੀ ਸਰਕਾਰਾਂ ਕਦਮ ਚੁੱਕ ਰਹੀਆਂ ਨੇ, ਕੀ ਨੌਜਵਾਨਾਂ ਦੀ ਇਸ ਵਿਲੱਖਣ ਇਤਿਹਾਸ ਨੂੰ ਸਾਂਭਣ ਦੇ ਵਿੱਚ ਕਿੰਨਾ ਯੋਗਦਾਨ ਹੈ, ਇਹ ਵੀ ਪੁੱਛਣ ਦੇ ਲਈ ਅਸੀਂ ਨੌਜਵਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਸਤਵੀਰ ਸਿੰਘ। ਅੱਛਾ ਸਤਵੀਰ, ਲਗਾਤਾਰ ਸਰਕਾਰਾਂ ਵੀ ਦਾਅਵੇ ਕਰਦੀਆਂ ਨੇ ਜਲਿਆਂਵਾਲੇ ਬਾਗ ਦੇ ਇਤਿਹਾਸ ਨੂੰ ਸਾਂਭਣ ਦੇ ਲਈ, ਪਰ ਨੌਜਵਾਨਾਂ ਦੀ ਇਸ ਦੇ ਵਿੱਚ ਕੀ ਅਹਿਮੀਅਤ ਹੈ, ਨੌਜਵਾਨ ਕਿਸ ਤਰ੍ਹਾਂ ਇਸ ਇਤਿਹਾਸ ਨੂੰ ਸਾਂਭਣ ਦੀ ਕੋਸ਼ਿਸ਼ ਦੇ ਵਿੱਚ ਨੇ, ਨੌਜਵਾਨਾਂ ਨੂੰ ਇਤਿਹਾਸ ਦੇ ਬਾਰੇ ਪਤਾ ਹੈ? ਦੇਖੋ, ਨੌਜਵਾਨਾਂ ਨੂੰ ਇਤਿਹਾਸ ਦੇ ਪ੍ਰਤੀ ਜੇ ਦੇਖਿਆ ਜਾਵੇ ਤਾਂ ਇਹ ਗੱਲ ਨਹੀਂ ਹੈਗੀ ਵੀ ਨੌਜਵਾਨਾਂ ਨੂੰ ਪਤਾ ਨਹੀਂ, ਪਰ ਨੌਜਵਾਨ ਅੱਜ ਦੇ ਟਾਈਮ ਕਈ ਤਰੀਕਿਆਂ ਨਾਲ ਵਰਗਲਾਏ ਜਾ ਰਹੇ ਆ, ਠੀਕ ਹੈ ਨਾ। ਉਹ ਚਾਹੇ ਤੁਸੀਂ ਮੀਡੀਆ ਹੀ ਲੈ ਲਓ, ਮੀਡੀਆ ਵੀ ਹੁਣ ਆਪਦਾ ਉਹ ਰੋਲ ਅਦਾ ਨਹੀਂ ਕਰ ਰਿਹਾ, ਅਤੇ ਜਾਂ ਜਿਹੜੀਆਂ ਪ੍ਰੋਗਰੈਸਿਵ ਤਾਕਤਾਂ ਸੀਗੀਆਂ ਉਹ ਕਦੇ ਨਾ ਕਦੇ ਇਹ ਆਪਦਾ ਕੰਮ ਨਿਭਾਉਣ ਤੋਂ ਨਾਕਾਮ ਰਹਿ ਰਹੀਆਂ। ਅਤੇ ਇਤਿਹਾਸ ਦੀ ਜਿੱਥੋਂ ਤੱਕ ਗੱਲ ਕੀਤੀ ਜਾਵੇ ਤਾਂ ਇਤਿਹਾਸ ਯਾਦ ਕਰਨ ਦੇ ਉੱਤੇ ਵੀ ਅਸੀਂ ਕਿਸ ਪ੍ਰਕਾਰ ਯਾਦ ਕਰ ਰਹੇ ਇਤਿਹਾਸ ਨੂੰ, ਇਹ ਬਹੁਤ ਮਾਇਨੇ ਰੱਖਦਾ ਅੱਜ ਦੇ ਟਾਈਮ ਦੀ ਵੀ ਅਸੀਂ ਇਤਿਹਾਸ ਨੂੰ ਯਾਦ ਕਰ ਰਹੇ ਹਾਂ ਅਤੇ ਕਿਹੜੀ ਧਰਾਤਲ 'ਤੇ ਖੜ੍ਹ ਕੇ ਯਾਦ ਕਰ ਰਹੇ ਹਾਂ। ਵਾਪਰਿਆ ਕੀ ਸੀ ਉਦੋਂ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਕੀ ਕੁਝ ਵਾਪਰਿਆ ਸੀ? ਦੇਖੋ, ਜਿਹੜੀ ਇਹ ਖੂਨੀ ਵਿਸਾਖੀ 13 ਅਪ੍ਰੈਲ 1919 ਦਾ ਜਿਹੜੀ ਇਹ ਘਟਨਾਕ੍ਰਮ ਹੋਇਆ ਉਹਦਾ ਬੈਕਗਰਾਊਂਡ ਬਹੁਤ ਪਹਿਲਾਂ ਹੀ ਤਿਆਰ ਹੋਣਾ ਸ਼ੁਰੂ ਹੋ ਚੁੱਕਿਆ ਸੀਗਾ। ਉਹਦੇ ਬੈਕਗਰਾਊਂਡ ਦੇ ਵਿੱਚ ਜਾਈਏ ਤਾਂ ਅਸੀਂ ਸਾਨੂੰ ਸਾਰਿਆਂ ਨਾਲੋਂ ਪਹਿਲਾਂ ਦੇਖਣਾ ਪਊ ਵੀ ਪਹਿਲਾ ਵਿਸ਼ਵ ਯੁੱਧ ਜਿਹੜਾ ਬਸਤੀਆਂ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਸੀਗਾ, ਤਾਂ ਉਦੋਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਜਾਂ ਭਾਰਤ ਦੇ ਵਿੱਚ ਜਿੰਨੀਆਂ ਵੀ ਜਿਹੜੀਆਂ ਰਾਜਨੀਤਿਕ ਧਿਰਾਂ ਸੀਗੀਆਂ ਉਹਦੇ ਵਿੱਚ ਨਰਮ ਦਲੀਏ ਵੀ ਸੀ, ਗਰਮ ਦਲੀਏ ਵੀ ਸੀ, ਕਾਂਗਰਸ ਸੀਗੀ, ਕਾਂਗਰਸ ਦੇ ਆਪਦੇ ਲੀਡਰ ਸੀ, ਵਿੱਚ ਵਿਅਕਤੀਗਤ ਲੀਡਰ ਸੀਗੇ, ਉਹਨਾਂ ਦਾ ਇਹ ਰੁੱਖ ਸੀਗਾ ਵੀ ਸ਼ਾਇਦ ਅਸੀਂ ਅੰਗਰੇਜ਼ਾਂ ਦੇ ਲਈ ਲੜਾਂਗੇ ਅਤੇ ਸਾਨੂੰ ਕੁਛ ਸਹੂਲਤਾਂ ਰਿਆਇਤਾਂ ਮਿਲਣਗੀਆਂ, ਠੀਕ ਆ।
ਪਰ ਜਿਹੜਾ ਪੰਜਾਬ ਦਾ ਰੁੱਖ ਸੀਗਾ, ਪੰਜਾਬ ਦਾ ਰੁੱਖ ਇੱਥੇ ਬੜਾ ਸਾਨੂੰ ਧਿਆਨ ਦੇਣਾ ਚਾਹੁੰਦਾ ਵੀ ਪੰਜਾਬ ਦਾ ਰੁੱਖ ਹਮੇਸ਼ਾ ਹੀ ਅੰਗਰੇਜ਼ੀ ਜਿਹੜਾ ਸਾਮਰਾਜਵਾਦ ਆ ਉਹਦੇ ਵਿਰੁੱਧ ਬੜਾ ਹੀ ਰੈਡੀਕਲ ਅਤੇ ਕ੍ਰਾਂਤੀਕਾਰੀ ਅਤੇ ਬਗਾਵਤੀ ਰਿਹਾ ਹੈ। ਉਦੋਂ ਪਹਿਲਾਂ ਇਹ ਨਾ ਦੇਖੋ, ਉਦੋਂ ਪਹਿਲਾਂ ਤੁਸੀਂ ਕੂਕਾ ਮੂਵਮੈਂਟ ਦੇਖੋ, ਕੂਕਾ ਮੂਵਮੈਂਟ ਦਾ ਪੂਰਾ ਰੈਡੀਕਲ ਸੀਗਾ, ਬਗਾਵਤ ਸੀ ਪੂਰੀ ਦੀ ਪੂਰੀ ਅੰਗਰੇਜ਼ੀ ਸਾਮਰਾਜਵਾਦ। ਉਸ ਤੋਂ ਬਾਅਦ ਗਦਰ ਮੂਵਮੈਂਟ ਸੀਗੀ, ਗਦਰ ਮੂਵਮੈਂਟ ਦਾ ਪੂਰਾ ਇੱਕ ਪ੍ਰੋਗਰਾਮ ਸੀਗਾ, ਇੱਕ ਪੂਰਾ ਖਾਕਾ ਲਿਖਿਆ ਸੀ ਉਹਨਾਂ ਨੇ ਕਿਵੇਂ ਅਸੀਂ ਅੰਗਰੇਜ਼ਾਂ ਤੋਂ ਪੰਜਾਬ ਨੂੰ ਅਤੇ ਭਾਰਤ ਨੂੰ ਯਾਦ ਕਰਾਉਣਾ ਹੈ। ਉਹ ਮੂਵਮੈਂਟ ਸੀ, ਉਹ ਮੂਵਮੈਂਟ ਹਾਲਾਂਕਿ ਸਪਰੈਸ ਕਰ ਦਿੱਤੀ ਗਈ ਜਾਂ ਉਹਦੀਆਂ ਖਾਮੀਆਂ ਸੀਗੀਆਂ ਉਹ ਬਿਖਰ ਗਈ, ਪਰ ਉਹਦੀਆਂ ਜਿਹੜੀਆਂ ਜੜ੍ਹਾਂ ਸੀਗੀਆਂ ਉਹ ਪੰਜਾਬ ਦੇ ਵਿੱਚ ਪਈਆਂ ਸੀ। ਉਹ ਨਾਬਰੀ ਦੀ ਸੁਰ, ਉਹ ਬਗਾਵਤ ਦੀ ਸੁਰ, ਉਹ ਪੰਜਾਬ ਦੇ ਵਿੱਚ ਪਈ ਸੀ ਅਤੇ ਪੰਜਾਬ ਇੱਕ ਵੱਡਾ ਖਤਰਾ ਅੰਗਰੇਜ਼ਾਂ ਦੇ ਲਈ ਬਣਿਆ ਹੋਇਆ ਸੀਗਾ। ਪਰ ਇੱਕ ਸਵਾਲ ਇਹ ਹੈ ਕਿ ਅੰਗਰੇਜ਼ੀ ਹਕੂਮਤ ਦੇ ਵੱਲੋਂ ਜਨਰਲ ਡਾਇਰ ਦੇ ਵੱਲੋਂ ਉਸ ਵਕਤ ਜਿਹੜੀਆਂ ਫਾਇਰਿੰਗ, ਤਾਬੜਤੋੜ ਫਾਇਰਿੰਗ ਦਾ ਹੁਕਮ ਸੁਣਾ ਦਿੱਤਾ, 1600 ਫਾਇਰ ਕੀਤੇ ਗਏ ਸਰਕਾਰੀ ਅੰਕੜੇ ਦੱਸਦੇ ਨੇ। ਹੁਣ ਬਰਤਾਨੀਆ ਸਰਕਾਰ ਦੇ ਵੱਲੋਂ ਮੁਆਫ਼ੀ ਮੰਗਣ ਦੀ ਗੱਲ ਕੀਤੀ ਗਈ, ਪਰ ਮੁਆਫ਼ੀ ਜਿਹੜੀ ਹੈ ਉਹ ਅਧਿਕਾਰਤ ਤੌਰ 'ਤੇ ਨਹੀਂ ਮੰਗੀ ਗਈ। ਸਰਕਾਰਾਂ ਦੀ ਕਿਤੇ ਨਾ ਕਿਤੇ ਨਾਕਾਮੀ ਸਾਬਤ ਹੁੰਦੀ ਹੈ, ਮੰਨਦੇ ਹੋ ਇਸ ਗੱਲ ਨੂੰ? ਸਰਕਾਰਾਂ ਦੀ ਨਾਕਾਮੀ ਤਾਂ ਹੈ, ਸਰਕਾਰਾਂ ਦੀ ਨਾਕਾਮੀ ਇਸੇ 'ਤੇ ਵੀ ਆ। ਸਰਕਾਰਾਂ ਦੀ ਨਾਕਾਮੀ ਤੁਸੀਂ ਜਲਿਆਂ ਵਾਲੇ ਬਾਗ 'ਤੇ ਜਾ ਕੇ ਦੇਖੋਗੇ, ਉੱਥੇ ਵੀ ਨਾਕਾਮੀ ਆ। ਉੱਥੇ ਇਹਨਾਂ ਨੇ ਹਜੇ ਤੱਕ ਗੋਲੀਆਂ ਦੇ ਨਿਸ਼ਾਨ ਨਹੀਂ ਸਾਂਭ ਪਾਏ। ਉਸ ਨੂੰ ਕਿਸੇ ਇਤਿਹਾਸਕ ਜਗ੍ਹਾ ਨੂੰ ਅਸੀਂ ਕਿਸ ਤਰੀਕੇ ਨਾਲ ਸਾਂਭਣਾ ਹੈ, ਉਹਦੇ ਵਾਸਤੇ ਕਿਸ ਤਰ੍ਹਾਂ ਦੇ ਸਾਡੇ ਕੋਲ ਵਿਦਵਾਨ ਅਤੇ ਮਾਹਰ ਬੰਦੇ ਹੋਣੇ ਚਾਹੀਦੇ ਆ, ਉਹਦੀ ਸਾਡੇ ਕੋਲ ਇਤਿਹਾਸ ਨੂੰ ਸਾਂਭਣ ਦੀ ਚੇਤਨਾ ਨਹੀਂ ਹੈਗੀ। ਸਰਕਾਰਾਂ ਵੀ ਨਾਕਾਮ ਹੋਈਆਂ ਹੈ ਅਤੇ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੇਤਨਾ ਉਸ ਪੱਧਰ ਦੀ ਨਹੀਂ ਗੀ, ਖਾਸ ਕਰਕੇ ਨੌਜਵਾਨਾਂ ਦੇ ਵਿੱਚ ਉਸ ਪ੍ਰਕਾਰ ਦੀ ਚੇਤਨਾ ਨਹੀਂ ਗੀ ਵੀ ਇਤਿਹਾਸ ਨੂੰ ਅਸੀਂ ਕਿਸ ਪ੍ਰਕਾਰ ਦੇਖਣਾ ਅਤੇ ਸਾਂਭਣਾ ਹੈ। ਜਿੱਥੋਂ ਤੱਕ ਇਹ ਮਾਫ਼ੀ ਮੰਗਣ ਦਾ ਸਵਾਲ ਹੈ ਬਰਤਾਨੀਆ ਵੱਲੋਂ, ਤਾਂ ਉਹਦੇ 'ਤੇ ਮੈਨੂੰ ਇਹ ਲੱਗਦਾ ਵੀ ਮਾਫ਼ੀ ਨਾਲੋਂ ਜ਼ਿਆਦਾ ਸਾਨੂੰ ਇਹ ਦੇਖਣ ਦੀ ਲੋੜ ਆ ਵੀ ਸਾਡੇ ਬਰਤਾਨੀਆ ਨਾਲ ਇਸ ਵਕਤ ਸੰਬੰਧ ਕੀ ਆ, ਠੀਕ ਆ, ਜਾਂ ਬਰਤਾਨੀਆ ਨਾਲ ਜਾਂ ਇੰਡੀਅਨ ਗੌਰਮੈਂਟ ਦੇ ਸੰਬੰਧ ਕੀ ਆ, ਉਹ ਸੰਬੰਧਾਂ ਨੂੰ ਸਾਨੂੰ ਦੇਖਣ ਦੀ ਲੋੜ ਆ। ਮਾਫ਼ੀ ਮੰਗ ਲੈਣਗੇ, ਮਾਫ਼ੀ ਮੰਗਣ ਨਾਲ ਕੀ ਹੋਜੂਗਾ? ਮੰਨ ਲਓ ਮਾਫ਼ੀ ਮੰਗ ਲਈ, ਫਿਰ ਕੀ ਹੋਜੂਗਾ? ਫਿਰ ਕੁਛ ਬਦਲ ਜੂਗਾ? ਇਸ ਦੇ ਨਾਲ ਹੀ ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਜਲਿਆਂਵਾਲੇ ਬਾਗ ਦਾ ਜਿਹੜਾ ਸਾਰਾ ਕੰਮਕਾਜ ਹੈ ਉਹ ਕੇਂਦਰ ਸਰਕਾਰ ਦੇ ਅੰਡਰ ਆਉਂਦਾ ਹੈ। 100 ਕਰੋੜ ਦੇਣ ਦਾ ਦਾਅਵਾ ਕੀਤਾ ਗਿਆ ਸੀ ਬੀਜੇਪੀ ਸਰਕਾਰ ਦੇ ਵੱਲੋਂ ਸ਼ਤਾਬਦੀ ਦੇ ਦੌਰਾਨ, ਪਰ ਦਿੱਤਾ ਨਹੀਂ ਗਿਆ। ਇਹ ਜਿਹੜੀ ਬੀਜੇਪੀ ਸਰਕਾਰ ਆ, ਬੀਜੇਪੀ ਸਰਕਾਰ ਦਾ ਤਾਂ ਹਮੇਸ਼ਾ ਹੀ ਇਸ ਤਰ੍ਹਾਂ ਦੇ ਇਤਿਹਾਸਕ ਜਿਹੜੇ ਸਥਾਨਾਂ 'ਤੇ, ਕਿਉਂਕਿ ਬੀਜੇਪੀ ਦਾ ਕੋਈ ਰੋਲ ਨਹੀਂ ਰਿਹਾ ਗਾ ਆਜ਼ਾਦੀ ਮੂਵਮੈਂਟ ਦੇ ਵਿੱਚ, ਬੀਜੇਪੀ ਦਾ ਡੱਕਾ ਵੀ ਰੋਲ ਨਹੀਂ ਗਾ, ਅਤੇ ਬੀਜੇਪੀ ਤਾਂ ਕਦੇ ਵੀ ਨਹੀਂ ਚਾਹੂਗੀ ਕਿ ਇਸ ਤਰ੍ਹਾਂ ਦਾ ਜਿਹੜਾ ਮਤਲਬ ਕਿ ਜਿੱਥੇ ਸਾਡੀ ਜਿਹੜੀ ਏਕਤਾ ਦਾ, ਦੇਖੋ ਉੱਥੇ ਹਿੰਦੂ ਮੁਸਲਿਮ ਅਤੇ ਸਿੱਖਾਂ ਤਿੰਨਾਂ ਦਾ ਖੂਨ ਡੁੱਲਿਆ, ਇਕੱਲੇ ਉੱਥੇ ਸਿੱਖਾਂ ਦਾ ਖੂਨ ਨਹੀਂ ਡੁੱਲਿਆ ਗਿਆ। ਤੁਸੀਂ ਉਸ ਤਰ੍ਹਾਂ ਦਾ ਲਿਟਰੇਚਰ ਚੱਕ ਕੇ ਦੇਖੋ, ਕਵਿਤਾਵਾਂ ਚੱਕ ਕੇ ਦੇਖੋ, ਜਾਂ ਉਸ 'ਤੇ ਜਿਹੜਾ ਲਿਟਰੇਚਰ ਲਿਖਿਆ ਗਿਆ ਉਹ ਤਿੰਨਾਂ ਦਾ ਖੂਨ ਡੁੱਲਿਆ, ਅਤੇ ਬੀਜੇਪੀ ਕਦੇ ਵੀ ਨਹੀਂ ਚਾਹੁੰਦੀ ਵੀ ਇਸ ਤਰ੍ਹਾਂ ਦਾ ਜਿਹੜਾ ਸਾਡਾ ਏਕਤਾ ਅਤੇ ਅਖੰਡਤਾ ਦਾ ਜਿਹੜਾ ਸਾਡਾ ਇਤਿਹਾਸ ਸੀਗਾ, ਜਿੱਥੇ ਕਿ ਸੰਪਰਦਾਇਕ ਵੰਡੀਆਂ ਤੋਂ ਉੱਪਰ ਸੀਗਾ, ਅਤੇ ਉਹ ਇਤਿਹਾਸ ਲੋਕਾਂ ਦੇ ਅੱਗੇ ਆਵੇ, ਕਿਉਂਕਿ ਉਹਨਾਂ ਦੀ ਤਾਂ ਜਿਹੜੀ ਪੋਲੀਟਿਕਸ ਹੀ ਆ ਡਿਵਾਈਡ ਅਤੇ ਰੂਲ ਦੀ ਆ, ਸੰਪਰਦਾਇਕ ਵੰਡੀਆਂ ਪਾ ਕੇ ਅਤੇ ਆਪਦੀਆਂ ਵੋਟਾਂ ਖਿੱਚੋ ਲੋਕਾਂ ਦੇ ਵਿੱਚੋਂ, ਅਤੇ ਬੀਜੇਪੀ ਕਦੇ ਵੀ ਇਤਿਹਾਸ ਦੀ ਇਤਿਹਾਸਕ ਚੇਤਨਾ ਇਸ ਤਰ੍ਹਾਂ ਨਹੀਂ ਚਾਹੁੰਦੀ ਗੀ। ਇਹ ਤਾਂ ਸਾਨੂੰ ਆਪ ਪ੍ਰੈਸ਼ਰ ਪਾਉਣਾ ਪਊਗਾ ਹਮੇਸ਼ਾ ਹੀ, ਜਿਹੜੀਆਂ ਚੀਜ਼ਾਂ ਮਿਲਦੀਆਂ ਹੈ ਸਰਕਾਰਾਂ ਕਦੇ ਵੀ ਕੁਛ ਨਹੀਂ ਦਿੰਦੀਆਂ ਗੀਆਂ, ਹਮੇਸ਼ਾ ਹੀ ਲੋਕਾਂ ਵੱਲੋਂ ਜਦੋਂ ਦਬਾਅ ਪਾਇਆ ਜਾਂਦਾ ਹੈ, ਲੋਕ ਲਹਿਰਾਂ ਜਦੋਂ ਉੱਠਦੀਆਂ ਹੈ, ਲੋਕ ਜਦੋਂ ਦਬਾਅ ਪਾਉਂਦੇ ਉਦੋਂ ਹੀ ਚੀਜ਼ਾਂ ਮਿਲਦੀਆਂ, ਉਦੋਂ ਹੀ ਸਾਨੂੰ ਕੋਈ ਸਹੂਲਤ ਮਿਲਦੀ ਆ, ਉਦੋਂ ਹੀ ਸਾਨੂੰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਮਿਲਦੀਆਂ ਹੈ। ਕਦੇ ਵੀ ਸਰਕਾਰਾਂ ਇਸ ਤਰ੍ਹਾਂ ਤਲੀ 'ਤੇ ਰੱਖ ਕੇ ਕੁਛ ਚੀਜ਼ ਨਹੀਂ ਪਰੋਸਦੀਆਂ ਗੀਆਂ, ਅਤੇ ਜਿੰਨਾ ਚਿਕਰ ਕੋਈ ਲੋਕ ਲਹਿਰਾਂ ਜਾਂ ਵਿਦਿਆਰਥੀ ਖਾਸ ਕਰਕੇ ਜਿਹੜੇ ਨੌਜਵਾਨ ਆ ਉਹ ਦਬਾਅ ਨਹੀਂ ਪਾਉਂਦੇ ਗੌਰਮੈਂਟਾਂ 'ਤੇ, ਗੌਰਮੈਂਟਾਂ ਦੇ ਲਈ ਇਸ ਤਰ੍ਹਾਂ ਦੇ ਮੁੱਦੇ ਸਾਹਮਣੇ ਨਹੀਂ ਲੱਗ ਕੇ ਨਹੀਂ ਆਉਂਦੇ ਵੀ ਸਾਡੀਆਂ ਜਿਹੜੀਆਂ ਇਤਿਹਾਸਕ ਜਗ੍ਹਾਵਾਂ ਸੀ, ਇਤਿਹਾਸਕ ਜਿਹੜੀਆਂ ਸਾਡੇ ਸਥਾਨ ਸੀ ਉਹ ਕਿਉਂ ਨਹੀਂ ਸਾਂਭੇ ਗਏ? ਇਤਿਹਾਸਕ ਸਥਾਨਾਂ ਨੂੰ ਸਾਂਭਣ ਦਾ ਮਤਲਬ ਇਹ ਨਹੀਂ ਮਤਲਬ ਇਕੱਲਾ ਉਸ ਦੇ ਨਾਲ ਸੰਬੰਧ ਇਤਿਹਾਸਕ ਸਥਾਨ ਨੂੰ ਸਾਂਭਦਾ, ਉਸ ਨਾਲ ਸੰਬੰਧ ਲਿਟਰੇਚਰ ਸੀ, ਉਸ ਨਾਲ ਸੰਬੰਧ ਜਿਹੜੀ ਰਿਸਰਚ ਸੀਗੀ ਉਹ ਕਿੱਥੋਂ ਤੱਕ ਪਹੁੰਚੀ ਆ, ਠੀਕ ਹੈ ਨਾ, ਉਹਨੂੰ ਕਿਵੇਂ ਦੇਖਿਆ ਜਾਵੇ? ਹੁਣ ਇਹ ਦੇਖੋ ਵੀ ਉਸ ਤਾਂ ਪੂਰੀ ਦੀ ਪੂਰੀ ਮੂਵਮੈਂਟ ਦੇ ਵਿੱਚ ਗਾਂਧੀ ਨੂੰ ਤਾਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ, 6 ਅਪ੍ਰੈਲ ਨੂੰ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਜਿਹੜੀ ਲੋਕਾਂ ਦੀ ਹੁਣ ਇੱਥੇ ਇਹ ਨਹੀਂ ਕਹਿ ਸਕਦੇ ਵੀ ਗਾਂਧੀ ਦਾ ਬਿਲਕੁਲ ਹੀ ਪ੍ਰਭਾਵ ਦੇ ਕਾਰਨ ਹੀ ਇੱਕ ਘਟਨਾ ਪੂਰੀ ਵਾਪਰੀ, ਠੀਕ ਹੈ ਨਾ, ਉਹਦੇ ਹੋਰ ਕੀ ਕਾਰਨ ਸੀਗੇ? ਉਹ ਰੋਹ ਇੰਨਾ ਕਿਉਂ ਪੰਜਾਬ ਦੇ ਵਿੱਚ ਕਿਉਂ ਵਾਰ ਵਾਰ ਪੈਦਾ, ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਰ ਵਾਰ ਪੰਜਾਬ 'ਚ ਕਿਉਂ ਹੁੰਦੀਆਂ? 47 ਵਾਪਰਦਾ, ਉਦੋਂ ਬਾਅਦ ਜਲਿਆਂ ਵਾਲਾ ਬਾਗ ਵਾਪਰਦਾ, ਉਦੋਂ ਬਾਅਦ ਹੋਰ ਘਟਨਾਵਾਂ 84 ਵਾਪਰਦਾ, ਕਿਉਂ ਵਾਪਰਦੀਆਂ? ਕੀ ਮਾਨਸਿਕਤਾ ਸਾਡੇ ਲੋਕਾਂ ਦੀ? ਇਹ ਰਿਸਰਚ ਹੋਣੀ ਜ਼ਰੂਰੀ ਆ ਅਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ। ਕਾਫੀ ਵਾਰ ਗਏ ਹਾਂ, 5-6 ਵਾਰ ਗਿਆ ਹਾਂ, ਔਰ ਉਹ ਇੱਕ ਟੂਰਿਸਟ ਪਲੇਸ ਕੀ ਤਰ੍ਹਾਂ ਹੈ ਕਮ, ਔਰ ਇੱਕ ਨੋਰਮਲ ਜਗ੍ਹਾ ਜ਼ਿਆਦਾ ਲੱਗਤੀ ਹੈ। ਉਸਕੋ ਇੱਕ ਤਰੀਕੇ ਸਾਰੇ ਹਿਸਟੋਰੀਕਲ ਮੋਨੂਮੈਂਟ ਕੀ ਤਰ੍ਹਾਂ ਰੱਖਾ ਜਾਣਾ ਚਾਹੀਏ, ਉਸਮੇ ਜੋ ਸਟੈਚੂ ਜੋ ਸਰਕਾਰ ਪ੍ਰੋਮਿਸ ਕਰਤੀ ਹੈ ਕਿ ਹਮ ਇਹ ਸਟੈਚੂ ਬਣਵਾਏਂਗੇ, ਹਮਾਰੇ ਜੋ ਲੋਕ ਸ਼ਹੀਦ ਹੋਏ ਹੈ ਉਨਕੇ ਬਾਰੇ ਮੈਂ ਬਤਾਏਂਗੇ, ਜੋ ਲੋਕ ਉਸਮੇ ਇਨਵੋਲਵ ਥੇ ਔਰ ਜੋ ਹਿਸਟਰੀ ਥੀ ਵੋ ਬਤਾਏਂਗੇ। ਲੇਕਿਨ ਵਹਾਂ ਜਾ ਕੇ ਐਸਾ ਕੁਛ ਲੱਗਤਾ ਨਹੀਂ ਹੈ ਕਿ ਐਸਾ ਕੁਛ ਬਤਾਇਆ ਜਾ ਰਿਹਾ ਹੈ, ਐਸਾ ਕੁਛ ਬਤਾਨੇ ਕੀ ਉਮੀਦ ਹੈ, ਜੋ ਸਰਕਾਰ ਪ੍ਰੋਮਿਸ ਕਰਤੀ ਵੋ ਸਭ ਫੇਕ ਹੈ।
देखिए सबसे पहले तो वहाँ पे जो उन्होंने उसको टेम्पर किया हुआ उस प्लेस को, उनमें बताना पड़ता है कि यहाँ से एंट्री हुई, ये सब हुआ, पहले तो उस चीज़ को वैसा ही रखा जाए। जैसे हम एक वहाँ पे जो कुआ है बस उसे ही ऐसे बाउंड्री रखा हुआ है, लेकिन उसकी भी जो मरम्मत है वो नहीं हो पाती और वो जो बाउंड्रीज है वो चरमराने लगी है एक तरीके से। दूसरी चीज़ ये है उनको वहाँ पे एक इंफॉर्मेशन की तरह, एक बुलेटिन की तरह, एक जैसे होल्डिंग होर्डर लगाते हैं वैसे लगाने चाहिए, ताकि जो लोग वहाँ पे आए, जो टूरिस्ट वहाँ पे आए, जो जनता वहाँ पे आए, वो ये देख सके कि ये जगह किस लिए है, क्यों है ये सब। और जो स्टैचूज लगाने की बात करती हैं वो लगाएं, ताकि जो लोग वहाँ पे जो शहीद हुए या जो उस चीज़ में इन्वॉल्व थे जिन्होंने, तो उनके बारे में दुनिया जान सके कि ये सब लोग थे और ये एक भारतीय संस्कृति को रिप्रेजेंट करता है कि हमने कभी हार नहीं मानी। बहुत बहुत धन्यवाद। लगातार नौजवानों की यह राय है, यह मंग है कि जलियांवाले बाग नू बेहतरीन, सब तो बेहतरीन जगह बनानी चाहिए है, यह जहाँ संस्थान बनाना चाहिए ता जो उसनू देख के लोग अपने इतिहास तो जाणू हो सकन। ब्रेक तो बाद दर्शकों का बहुत बहुत स्वागत है पंजाब बोलदा दे विच। साडे नाल मैडम सुखमनी जी मौजूद ने, पंजाब यूनीवर्सिटी दे विच अध्यापक ने, हिस्टरी दे अध्यापक। उन्हां नाल गल करदे हां कि जो जलियांवाले बाग दे विच पिछले 100 साल दे विच जो कुछ वापरिया है, असल मायने दे विच 13 अप्रैल 1919 नूं वापरिया की सी। सति श्री अकाल मैडम। सति श्री अकाल जी। ये 13 अप्रैल 1919 दे विच ये बहुत वड्डा एक इवेंट होया जिदे विच के साडे 1000 तो उपर, नंबर एग्जैक्टली नहीं पता, जिहड़ा के अंग्रेजी जनरल डायर जदों उत्थे जाके उन्होंने बिल्कुल निहत्थे लोगों के उत्ते फायरिंग की, जिहड़ी के विदाउट वॉर्निंग, कोई वॉर्निंग नहीं दिती, तो 10 मिनटां के अंदर अंदर जो भी उत्थे इकट्ठ सी, जिहड़ा के उन्होंने सोचा कि एक पोलिटिकल गैदरिंग आ, तो शायद वो साडे राज नू थ्रेट आ। सो वो 10 मिनटां के अंदर अंदर जिदे विच के 1000 to 1200 का एस्टिमेट साडे नैशनलिस्ट ने जो रिकॉर्ड किया वो बारे दिता जाता है, और जिदे विच शहर के बारे सानू पता लगता है कि किन्ना क अपरोर सीगा, लोगों च गुस्सा सी अगेंस्ट द ब्रिटिश इंपीरियल राज, क्योंकि असी उन्हां दी कॉलोनी सी। सो वो कहिंदे तां इहो सी वी असी बहुत अच्छा तुहाडे लई कर रहे हैगे आं, ते असी तुहाडे बड़ा बिनेवोलेंट आ असी रूलरस, बट जदों ये कांड हुंदा आ फिर इतिहासकार बड़ी देर दे बाद इस कांड नू समझना चाहुंदे आ कि एग्जैक्टली होया की ते क्यों उन्हें इदा किया। अच्छा मैडम, 100 साल बीत चुके ने, 13 अप्रैल 2019 हूँ 100 साल मना जा रहे हैं, की लग रहा है कि 100 साल इस बाग के जिहड़े शहीद होए ने उन्हां दे परिवारां दे लई, शहीदां दे लई, इस स्मारक दे लई सरकारां बदलियां, सरकारां ने की किया? सरकारां ने तो जी वैसे कुछ भी नहीं किया, जे पुछो भई 47 तो पहला वाली सरकार ने भी कुछ नहीं किया, तो जो असी आज़ादी प्राप्त कर ली और एज ए नेशन असी खड़े भी हो गए, ये 100 जिन्हें भी 1000 बंदा मरिया, पहला तो इन्हों लिस्टा ही साड़िया हौली हौली कंपाइल हुई हैं, सॉरी, तो उस तो बाद मेरा ख्याल परिवारों के लिए तो कुछ नहीं ज़्यादा कर पाए, जब तक अंग्रेज़ सी उन्होंने तो इनफैक्ट इंडिपेंडेंस तो पहला ये शहीदों के नाम भी उन्होंने रिकॉर्ड के विच है नहीं जिन्हें मरे, पर वह कहते सी भी असी ये कीता तां आ क्योंकि 5 अंग्रेजी अफसर मरे से, जिदे विरुद्ध दे विच उन्होंने दसना चाहिया भी जे तुसी किसे डिसऑर्डर करोगे साड़ी एरिया दे विच ते असी ਇੱਦਾਂ ਹੈਂਡਲ ਕਰਾਂਗੇ, ਤੁਹਾਨੂੰ ਖਤਮ ਕਰਾਂਗੇ। ਤੁਸੀਂ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਬਰਤਾਨੀਆ ਦੇ ਕੋਲੋਂ ਇਸ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਾਂ ਫਿਰ ਰਿਸਰਚਰ ਇਸ ਦਾ ਫਾਇਦਾ ਲੈ ਕੇ ਰਿਸਰਚ ਕਰ ਸਕਦੇ ਨੇ, ਇਸ ਦੇ ਉੱਤੇ ਇਤਿਹਾਸ ਨੂੰ ਹੋਰ ਸਿਰਜ ਸਕਦੇ ਨੇ, ਹੋਰ ਸੁਨਹਿਰਾ ਕਰ ਸਕਦੇ ਨੇ, ਉਸ ਦੇ ਲਈ ਬਤੌਰ ਇਤਿਹਾਸਕਾਰ ਕਿਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਨੇ?
मैं तो फील करती हाँ जी जिहड़ियां जिद्दां हुण उस वेले दियां असीं इतिहास बिल्कुल अपने मनों नहीं कढ़ सकते। सो सानू तो डॉक्यूमेंट चाहीदा है जिहड़ियां कि उत्थे की यूनो फैसले लै गए इवेंट दे पहला और बाद विच करन दे लई उन्होंने कोई स्कीम बनाई सी या ये उदा ही अकरेंस हो गया गलती हो गई, क्योंकि वह तो इो कही जाते हैं भी उसकी जजमेंट उन्हें ठीक नहीं की, जजमेंट ऑफ एरर हो गया तो असी बस उस तो बाद असी सानू डॉक्यूमेंट उतों के मिलने चाहिए आ जोड़े बरतानिया पे आ या लाहौर पे सी वो सानू ये सरकारां नू कोशिश करनी चाहिए भी वो डॉक्यूमेंट भी असी मंगाइए जोड़े साडे नैशनल आर्काइव्स के पै हो ताकि इतिहासकार वो बिल्कुल सही हिस्टरी लिख सकन। मैं दस सकते हो कि किस तरह इन डॉक्यूमेंट्स नू किस तरह इस इतिहास नू मंगवाया जा सकता है, सरकारां किस तरह इस दे विच मंगवाउण दे विच यतन कर सकदियां ने। बिल्कुल जी, ये तो थोड़ी डिप्लोमैटिक जिहड़ा एक्सटर्नल अफेयर्स की मिनिस्ट्री होंदी है इन्हां ये सरकारी तौर के उत्ते ही ट्रांसफर होंदे है कागज़, ये इंडिविजुअल नहीं। सो इंडिविजुअल स्कॉलर तो असी उधर जाके जिहड़ा कि सानू बहुत महंगा लगता, हर बंदा नहीं अफोर्ड कर सकता भी मैं इंग्लैंड जावां उत्थे बह के तो फिर मैं लाइब्रेरियां एक्सप्लोर करा। सो ये तो सरकारां दे यूनो विच ही जदों उन्हां दी अंडरस्टैंडिंग बनूगी तो कागज़ आउणगे साडे कोल, डिबेट्स असी पढ़ सकीए पार्लीमेंट च उत्थे हाउस ऑफ कॉमनस हाउस ऑफ लॉर्ड्स दे विच इस बारे जदों मसला उठ्या हैगे है कागज़ सानू पता है पे आ, बट वो साडे स्कॉलर्स नू भी तां पकड़ाए जाण। एक सवाल ये भी खड़ा हो जाता है कि जदों भी जलियांवाले बाग की गल आउंदी है तो हर कोई उत्थे पहुँच के वोटां इकट्ठियां करन की कोशिश दे विच दावे कर दिंदा है, जेकर मैं इतिहास से नज़र मारा तो लगातार जेकर सरकारी अंकड़े ने वह भी अद्ध बचदे ने, उन्हां दे विच भी कोई प्रमाणित नहीं जिहड़े सामने आ रहे, कितें दस्सिया जांदा है कि 379 जिहड़े शहीद होए सन पर 1000 जिहड़े ने वह जख्मी होए सन, तो गैर सरकारी अंकड़े दे विच यह भी कहा जाता है कि 1000 उस दे विच शहीद होए सन 1500 जख्मी होए सन, असल अंकड़ा कित्थों कढ़िया जा सकता है, इसकी असल तादाद कित्थों पता लग सकती है। देखो जी ये जिहड़ा हैगा ये दो रिपोर्टां सी जिहड़ियां एक इंडियन नैशनल कांग्रेस ने जदों ये कांड होया ते विद इन 2 मंथ्स इन्होंने कहा भी असी एक रिपोर्ट तैयार करांगे, क्योंकि पहला ही सरकार ने अक्तूबर दे महीने दे विच एक होर कमेटी बनाई सी जिन्हों हंटर कमेटी कहा जाता। सो हंटर कमेटी ने बड़ा एविडेंस कलैक्ट लोगों इंटरव्यू कीतियां फैमिलीज़ नू कीतियां, पर वो महाराष्ट्र च कीता सी क्योंकि गांधी ने रोलेट एजिटेशन दी कॉल दित्ती सी जिदे करके ये कांड होया बेसिकली। सो वो हड़ताल लोगों ने 6 अप्रैल नू बड़ी पीसफुली मनाई सी अमृतसर, बट इन्हां नू इनफॉर्मेशन सी भी ये होर कट्ठे हो रहे होर कट्ठे हो रहे, तो इतों का जिहड़ा लैफ्टिनेंट गवर्नर सीगा पंजाब दा उस वेले दा माइकल ओडॉयर उन्हों लग्या भई इत्थे कर दो सप्रेस इन्हां नू, क्योंकि वो डरदे ये सी भी इस एरिया विच ऑलरेडी जिहड़ी गदर अंदोलन वर्ल्ड वॉर खत्म ही होई सी ते वो डरदे सी कि इत्थे बड़ा रेवोल्यूशनरी चीज़ ना हो जाए, इस करके उन्हों दबाओ दबोचिए। पर ये जिहड़ा एविडेंस है सानू जब तक इहदा नंबर एग्जैक्टली एक कमेटियां दियां रिपोर्ट्स तो, इनफैक्ट अंग्रेज़ां दी हंटर कमेटी ने नंबर जिहड़ा दिता वो सेवा समिति ने नंबर दिता सी, इन उन्होंने तो बॉडीज़ भी नहीं काउंट कीतियां, जिहड़ी हंटर कमेटी रिपोर्ट है ना अंग्रेज़ां दी हुई है वह कहिंदे आ भई जरनैल के उत्ते सारा ब्लेम पा दिंदे आ डायर के उत्ते, कहिंदे तू विदाउट वॉर्निंग वो दे दित्ती फायरिंग कर दित्ती, फिर जदों बंदे मर गए तो सरकार दा काम हुंदा है उन्हां नू मेडिकल एड भी देन डॉक्टर भी पुछाओ उन्हां दे कोल, वो कहिंदे कोई नहीं ना इन्हां ने बॉडीज़ डिस्पोज ऑफ कीतिया, जिहदे नाल गुस्सा ते रोस होर वध्या। सो ये जिहड़ा नंबर भी है उस रिपोर्ट दे विच सानू उन्होंने एक्सैप्ट कर लिया भी 379 मर गए ते 1000 तो उत्ते, बट उस तो बाद इंडियन नैशनल कांग्रेस ने अपनी रिपोर्ट बनाई।
उस रिपोर्ट दे विच गांधी जी दा मेंबर सी। गांधी इनफैक्ट इस तो बाद, इस कांड तो बाद इस रिपोर्ट करके ज़्यादा पॉपुलैरिटी गेन की पंजाब च। पंजाब च तो पहला आया नहीं सी गांधी। सो वो आके फिर उन्होंने वो कहंदे 369 नहीं आ, असी भी एक्सैप्ट करते हैं तो तुसी कर लिया, पर साडे एविडेंस के हिसाब के नाल होर भी नंबर आ। सो एग्जैक्ट नंबर सानू हाले भी एग्जैक्ट नहीं पता, बट इस रिपोर्ट के विच हज़ार तो उत्ते दी गिनती दसते। बहुत बहुत धन्यवाद साढ़े नाल गल करन दे लई। इन्हां नाल गल कीती, इन्हां दा वी इहो कहना है कि जिथे जलियांवाले बाग नूं होर वधिया बनाउण दी जरूरत है, नौजवानों तक उस इतिहास नूं पहुँचाउण दी जरूरत है, उत्थे असीं नौजवानों दे नाल भी गल कीती, नौजवानों ने भी इतिहास नूं सांभण दीआं गल्लां कीतीआं, पर किते ना किते इस इतिहास नूं सांभण दे विच जिथे केंद्र सरकार, पंजाब सरकार ते समें समें दीआं सरकारां दी नालायकी भी सामने आई है, उत्थे बरतानिया दी माफ़ी दा मुद्दा भी लगातार उठता रहा। सो अज दे पंजाब बोलता दे विच बस इन्ना ही। इस दे नाल ही मैनू अमनदीप सिंह नूं दिओ जी आ गया, धन्यवाद।